अस्सलाम वालेकुम जी, कैसी तबीयत है? सारे ठीक है? माशाल्लाह सी ना, कारोबारी हो गए हैं ते अचार साडा मुक गया, शैंपू जिहड़ा साडा ओह एक वारी मुक गया सी, दूजी वारी फिर आ गया, क्योंकि अचार जिहड़ा ओह पाए ना हुण अगले साल अंब आउणगे ते फिर पएगा। सही गल। ते शैंपू जिहड़ा ओह ते जदों मर्जी बनवा लो। शैंपू जी आ गया ते असीं एक तजर्बा करन लगे हां मिठे ते फरीद ते। ऐ भाजी ओरिजिनल ਉਹਨੇ ਮੈਨੂੰ ਲਿਖ ਕੇ ਵੀ ਭੇਜਿਆ ਸੀ ਇਹ 'ਚ ਕੀ ਪਾਇਆ। ਇਹਦੇ 'ਚ ਉਸਤਾਦ ਜੀ ਸਿਕਾਕਾਈ ਰੀਠਾ ਆਮਲਾ ਬਾਇਓ ਆਮਲਾ ਨਹੀਂ ਆਮਲਾ ਆਮਲਾ ਸਿਕਾਕਾਈ ਰੀਠਾ ਤੇ ਕਾਸਟਿਕ ਨਹੀਂ ਨਹੀਂ ਓਏ ਕਾਸਟਿਕ ਨਾ ਬਾ ਵਿੱਚ ਓਏ ਉਹ ਜਿਹੜਾ ਨਹੀਂ ਹੁੰਦਾ ਲੋਰਾ ਲਾਈ ਕੁਵਾਰ ਗੰਦਨ ਉਹੀ ਹੁੰਦਾ ਕੁਵਾਰ ਗੰਦਨ ਕੁਵਾਰ ਗੰਦਨ ਦੀ ਅਭਿਨੰਦਨ ਅਲੋਰਾ रंग पकदा ना जदों यानी चीजा जो पकदिया ने पकन तो बाद जो रंग जैनवन अपना बनता ना ओही है रंग रंग भी चिट्टा हो जाएगा एदे मसाने की गर्मी भी दूर होगी जिगर भी ठीक काम करेगा अखा पीलियां ने हाँ तेरे हल्के भी खत्म हो जाएगा तेरा कोई काम रुके पंद्रह भी दिन तो भी ठीक हो जाएगा तेरी गड्डी तेल भी घट खाएगी लाल पंप च पाएगा वह भी ठीक हो जाएगा तेरी बुढ़ी बच्चे तेरी इज्जत भी करन लग पैणी एदे नाल यकीन कर शैंपू ला के मैं जलील ही होना नहीं नहीं तू जो कह रहा एदे नाल की कहे ने लेकिन मैं दस दया नहीं करना भी एक बार यूज करके तो उस शीशे के खलो के वेखी जो भी मतलब वो चक्कर नहीं गा साडी कौम ना इदां दी फौरन रिजल्ट मंगदी है फौरन रिजल्ट लैण दे चक्कर च ना ये कैमिकल या दूजे चीजा जो यूज कर लेंगे एक महीना भाने यूज करना अच्छा जी ते एक महीने बाद मैं रिजल्ट देना तुहाडे वाल डिगने भी बंद ए ना हो बकवास भी बंद ते तुहाडा मतलब के पैरां दे नौ भी चिट्टे हो जाणगे ते वाल वड्डे हो जाणगे वाल वड्डे मिकदार यूज होना क्योंकि झग शग ज्यादा नहीं हैगी नॉर्मल जैन होना यानी जिदा आम शैंपू यूज कर देना ओना अद्धा और पा लेना यानी अगर तुम 100% पाने ना हाथे 150 100% रिजल्ट देगा 100% हो गया बोतल 400 ml दी माशाल्लाह पैसे भी 1000-2000-3000 भी होवे नॉर्मल अगो दो बंदे दुध वेच रहे हुण एक वेच रहा 65 रुपए किलो 70 रुपए किलो एक वेच रहा 130 रुपए किलो सही तेन की लगेगा कि खालस कतरा पानी का नहीं है मैं 70 वेच के 40 रुपए कमाने 30 रुपए कमाने मैं 130 वेच के 30 कमा लेना समझ आ रही तू की करेगा वह लेंगा क्यों लेंगा यकीन करो खालस चीज 10-20 रुपए 30 रुपए महंगी भी होवे ना
ਤੇ ਉਹ ਜਿਹੜਾ ਦੋ ਨੰਬਰ ਵੇਚ ਰਿਹਾ ਨਾ ਉਹਦੇ ਨਾਲੋਂ 6 ਘੰਟੇ ਪਹਿਲੇ ਵੇਚ ਕੇ ਉਹ ਘਰ ਚਲਾ ਜਾਂਦਾ ਹਾਂ ਲੇਕਿਨ ਲੇਕਿਨ ਕਈ ਸਾਡੇ ਜਿਹੜੇ ਭਰਾ ਨੇ ਕਾਰੋਬਾਰੀ ਉਹਨਾਂ ਦੇ ਜ਼ਿਹਨ 'ਚ ਇਹ ਬੈਠਾ ਕਿ ਖਾਲਸ ਮਹਿੰਗੀ ਹੁੰਦੀ ਜੀ ਉਹ ਵਿਕਦੀ ਨਹੀਂ ਇਹ ਉਹਨਾਂ ਦੀ ਗਲਤ ਫਹਿਮੀ ਹੈ ਸਮਝ ਆ ਰਹੀ ਗੱਲ ਦੀ ਬਿਲਕੁਲ ਸਹੀ ਹੁਣ ਜਿਹੜੀ ਮੈਂ ਇੰਨੀ ਬਕਵਾਸ ਕੀਤੀ ਹੈ ਉਹਦੇ ਇਹ ਭਾਣ ਹੈਗੀ ਆ 800 ml ਦੀ ਬੋਤਲ ਯਾਨੀ 800 ਗ੍ਰਾਮ ਸੋਰੀ ਐਮ ਐਲ ਨਹੀਂ ਗ੍ਰਾਮ ਤੇ 800 ਗ੍ਰਾਮ ਜਿਹੜੀ ਨਾ ਇਹ ਕੋਈ 900-950 ml ਹੋ ਜਾਂਦੀ ਯਾਨੀ ਲੀਟਰ ਦੇ ਕੋਲ ਕੋਲ ਚਲੀ ਜਾਂਦੀ ਹੈ ਕਿਉਂਕਿ ਕਿਲੋ ਜ਼ਿਆਦਾ ਹੁੰਦਾ ਨਾ ਤੇ ਲੀਟਰ ਘੱਟ ਹੁੰਦਾ ਜਿਵੇਂ ਕਿਲੋਮੀਟਰ ਤੇ ਮੀਲ ਦਾ ਫਰਕ ਹੁੰਦਾ 790 ਕੁ ਗ੍ਰਾਮ ਇਹਦੇ 'ਚ ਆਇਆ 790 ਗ੍ਰਾਮ ਠੀਕ ਹੈ ਜੀ ਯਾਨੀ ਲੀਟਰ ਤੋਂ ਥੋੜ੍ਹਾ ਕੁ ਘੱਟ ਘੱਟ ਇਹ ਹੈਗੀ ਆ 750 ਰੁਪਏ ਦੀ ਠੀਕ 750 ਰੁਪਏ ਦੀ ਹਾਂਜੀ ਉਹ 400 ਗ੍ਰਾਮ ਹੈ ਉਹ 400 ਰੁਪਏ ਦੀ ਤੇ ਉਹ 750 ਹਾਂਜੀ 750 cc ਵੀ ਵੱਡੀ ਆ ਨਾ ਉਹ ਕਿਉਂਕਿ ਇਹਦੇ ਚ ਇੱਕੋ ਸ਼ੀਸ਼ੀ ਚ ਆ ਗਿਆ ਨਾ ਇਸ ਤੋਂ ਥੋੜੀ ਰਹਿ 30 ਗ੍ਰਾਮ ਰੁਪਈਆ ਲਾਇਆ ਹੋਰ ਤੈਨੂੰ ਕੀ ਲਾ ਦੇਣਾ ਮਤਲਬ ਭਾਈ ਇਹ ਵੱਡੀ ਜਿਹੜੀ ਬੋਤਲ ਆ 750 ਰੁਪਏ ਦੀ ਆ ਇਹ 400 ਰੁਪਏ ਦੀ ਅਗਰ ਅਸੀਂ 30 ਬੋਤਲਾਂ ਤੁਹਾਡੇ ਕੋਲ ਲੈਣੇ ਆ 50-50 ਉੱਤੇ ਰੱਖ ਹੁਣ ਅਸੀਂ ਇੱਕ ਤਜਰਬਾ ਕਰਾਂਗੇ ਮਿੱਠੇ ਦੇ ਵਾਲ ਧੋ ਕੇ ਠੀਕ ਆ ਜੀ ਮਿੱਠੇ ਦੇ ਅਸੀਂ ਵਾਲ ਧੋਵਾਂਗੇ ਮੈਂ ਆਪਣੇ ਦਿਲ ਦੇ ਉਸਤਾਦ ਜੀ ਦਿਲ ਦੇ ਵਾ ਨਹੀਂ ਨਹੀਂ ਇਹਦੇ ਵਾਲ ਧੋਵਾਂਗੇ ਉਸਤਾਦ ਜੀ ਕਿਰਪਾ ਤੁਹਾਡੇ ਕੋਲ ਆ 30 ਬੋਤਲਾਂ ਚੁੱਕਦਾ ਵਾਂ 30-50 ਰੁਪਏ ਉੱਪਰ ਰੱਖ ਮੈਂ ਤੇਰੇ ਦੰਦ ਭਾਂਦਿਆਂ ਕਿ ਤੂੰ ਇੱਕ ਵੀ ਚੋਕਾ ਭਲਾ ਉਸਤਾਦ ਜੀ ਉਹਨੇ ਚੋਕ ਵੀ ਲਈ 3-4 ਕਰ ਲਈ ਬਾਬਾ ਜੀ ਗੱਲ ਹੈ ਚਲੋ ਹੁਣ ਕਾਮੇਡੀ ਕਰ ਲੈਣੇ ਥੋੜੀ ਗੱਲ ਇਹ ਹੈ ਸਿਆਣੇ ਕਹਿੰਦੇ ਨੇ ਲਓ ਜੀ ਅੱਜ ਤੱਕ ਇਦਾਂ ਦੀ ਕਿਸੇ ਨੇ ਕਮਰਸ਼ੀਅਲ ਨਹੀਂ ਦਿੱਤੀ ਹੋਈ ਆਪਣੇ ਪ੍ਰੋਡਕਟ ਦੀ ਵਾਹ ਭਾਜੀ ਇਹ ਸ਼ੈਂਪੂ ਮੈਂ ਤਿਆਰ ਕੀਤਾ ਤੁਹਾਡੇ ਜਿਹੜਾ ਬੰਦਾ ਕਹਿੰਦਾ ਮੇਰੇ ਵਾਲ ਨਹੀਂ ਝੜਦੇ ਜਿਹੜਾ ਬੰਦਾ ਕਹਿੰਦਾ ਜੀ ਮੈਂ ਗੰਜਾ ਨਹੀਂ ਹੋ ਸਕਦਾ ਜਿਹੜਾ ਬੰਦਾ ਕਹਿੰਦਾ ਜੀ ਮੇਰੇ ਵਾਲ ਕਦੀ ਨਹੀਂ ਡਿੱਗੇ ਜਿਹੜਾ ਬੰਦਾ ਕਹਿੰਦਾ ਜਿਹੜਾ ਬੰਦਾ ਇਸ ਤੋਂ ਪਰੇਸ਼ਾਨ ਆ ਕਿ ਯਾਰ ਵਾਲ ਕਿਉਂ ਮਜ਼ਬੂਤ ਹੋਈ ਜਾ ਰਹੇ ਜਿਸ ਬੰਦੇ ਨੂੰ ਜਿਹੜਾ ਇਸ ਤੋਂ ਕੌਨਸ਼ੀਅਸ ਆ ਕਿ ਵਾਲ ਰੁੱਖੇ ਕਿਉਂ ਹੋਈ ਜਾ ਰਹੇ ਰੁੱਖੇ ਕਿਉਂ ਨਹੀਂ ਹੁੰਦੇ ਜਿਹੜਾ ਬੰਦਾ ਇਸ ਤੋਂ ਟੈਨਸ਼ਨ ਦੇ ਵਿੱਚ ਆ ਕਿ ਮੇਰੇ ਗੰਜ ਕਿਉਂ ਨਹੀਂ ਪੈ ਰਿਹਾ ਸਾਰਾ ਸ਼ੈਂਪੂ ਯੂਜ਼ ਕਰੇ ਇੱਕ ਮਹੀਨੇ ਤੋਂ ਬਾਅਦ ਮੈਂ ਕਹਿੰਦਾ ਮਹੱਲੇ ਚ ਨਾਰਮਲ ਬੰਦਾ ਹੋਏਗਾ ਨਾ ਇੱਕ ਮਹੀਨੇ ਤੋਂ ਬਾਅਦ ਸ਼ੈਂਪੂ ਇਸ ਕਿਸਮ ਦਾ ਉਹਦਾ ਚਮਟੂ ਫੇਰੇਗਾ ਕਿ ਉਹਨੂੰ ਮਹੱਲੇ ਚ ਨਹੀਂ ਨਹੀਂ ਉਹਨੂੰ ਮਹੱਲੇ ਦੇ ਵਿੱਚ ਨਾ ਪੋਲੀਟੀਸ਼ੀਅਨ ਸਮਝਿਆ ਜਾਏਗਾ ਸਿਰ ਹੈ ਇਸ ਕਿਸਮ ਦਾ ਕਿਉਂਕਿ ਗੱਲ ਇਹ ਆ ਕਿ ਧੋਖਾ ਭਰਾਵਾਂ ਨਾਲ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਨਾਲ ਫੇਰ ਵੀ ਕਦੀ ਨੀ ਮਿਲਣਾ ਹੁੰਦਾ ਸੀ ਉਸਤਾਦ ਜੀ ਬਹੁਤ ਅੱਛੇ ਚੀ ਕੰਮ ਕਰੋ ਤੇ 2 ਨੰਬਰ ਕਰੋ ਹਾਂ ਪਤਾ ਕੀ ਗੱਲ ਹਾਂ ਕੱਲ ਨੂੰ ਮਰਨਾ ਵੀ ਪਤਾ ਨੀ ਕਦੋਂ ਤੇ ਮਰ ਕੇ ਮੂੰਹ ਵੀ ਵਹਾਉਣਾ ਵਾ ਇਸ ਤੋਂ ਗੱਲ ਇਹ ਆ ਕਿ ਤੁਸੀਂ ਮਰ ਕੇ ਵੀ ਬਾਅਦ ਦੇ ਵਿੱਚ ਮਤਲਬ ਸ਼ਰਮਿੰਦਾ ਹੋਵੋ ਤੇ ਫੇਰ ਹੀ ਮਜ਼ਾ ਆਵੇਗਾ ਬਦੀ ਕਰ ਤੇ ਖੂਹ ਚੋਂ ਕੱਢ ਤੇ ਗੱਲ ਇਹ ਆ ਕਿ ਤੁਸੀਂ ਭਰਾ ਲੱਗਦੇ ਹੋ ਸਾਰੇ ਇੰਨੀ ਮੁਹੱਬਤ ਕਰਦੇ ਹੋ ਮੇਰੇ ਨਾਲ ਠੀਕ ਆ ਤੇ ਉਹਦੇ ਬਦਲੇ ਅਸੀਂ ਤੁਹਾਨੂੰ ਮਤਲਬ ਚੀਜ਼ ਚੰਗੀ ਦੇ ਦਈਏ ਇਹ ਮਾੜੀ ਬਿਲਕੁਲ ਮਾੜੀ ਉਸਤਾਦ ਜੀ ਲੈਣਾ ਦੇਣਾ ਮੁਕੱਦਰਾਂ ਦਾ ਕੰਮ ਉਹ ਜਿਹੜਾ ਗਲਤ ਹੋਵੇ ਬਿਲਕੁਲ ਸਹੀ ਕਹਿ ਰਿਹਾ ਫਰੀਦ ਯਾਰ 2 ਨੰਬਰੀ ਨੂੰ ਭਾਗ ਆ ਮੈਂ ਤੇ ਦੇਖਿਆ ਚੀਜ਼ ਇਹ ਆ ਕਿ ਇੱਕ ਬੰਦਾ ਯੂਜ਼ ਕਰੇ ਤੇ ਤੁਹਾਨੂੰ ਬਾਦ ਦਵਾਂ ਦਾ ਉਸਤਾਦ ਜੀ ਝੋਲੀਆਂ ਚੁੱਕ ਹਾਂ ਪੈਸਾ ਵੀ ਅਸੀਂ ਨਾਲ ਲੈ ਜਾਣਾ ਵਾ ਠੀਕ ਆ ਜੀ ਸਭ ਕੁਛ ਇੱਥੇ ਨਹੀਂ ਰਹਿਣਾ ਸਹੀ ਗੱਲ ਉਸਤਾਦ ਜੀ ਤੇ ਸਭ ਕੁਛ ਇੱਥੇ ਨਹੀਂ ਰਹਿਣਾ ਤੇ ਚਾਰ ਮਤਲਬ ਇਹ ਆ ਕਿ ਇੱਕ ਤਲਕ ਬਣ ਗਿਆ ਨਾ ਤੇ ਐਸੀ ਹਰਕਤ ਤੁਹਾਡੇ ਕੋਲੋਂ ਕੋਈ ਹੋਵੇ ਕਿ ਤਲਕ ਖਰਾਬ ਹੋ ਜਾਵੇ ਸਰ ਜੀ ਬਿਲਕੁਲ ਤੁਹਾਡਾ ਜਿਹੜਾ ਰਿਸਕ ਲਿਖਿਆ ਨਾ ਤੁਹਾਡੇ ਮੁਕੱਦਰਾਂ ਤੁਸੀਂ ਜਿੰਨਾ ਜਿਕਰ ਖੋਣਾ ਨਹੀਂ ਉਹ ਨਹੀਂ ਲੱਭਣਾ ਹਾਂ ਐ ਗੱਲ ਤੁਹਾਡੇ ਮੁਕੱਦਰ 'ਚ ਪੈਸਾ ਆਣ ਲਈ ਆ ਵਾ ਇੱਕ ਬੰਦਾ ਤੁਹਾਡੇ ਕੋਲ ਚੀਜ਼ ਲਵੇ ਹਾਂਜੀ ਉਹ ਤੁਹਾਨੂੰ ਮਤਲਬ ਇੱਕ ਬੰਦਾ ਸ਼ੈਂਪੂ ਲੈਂਦਾ ਹਾਂਜੀ ਉਹ ਤੁਹਾਨੂੰ ਕਹਿੰਦਾ ਭਾਣੇ ਮੈਂ ਮਹੀਨਾ ਯੂਜ਼ ਕੀਤਾ ਤੇ ਮੇਰੇ ਵਾਲ ਡਿੱਗਣੇ ਹਟ ਗਏ ਲੱਖ ਲਾਣਤ ਫਿਰ ਸਾਡੇ ਤਲਕ ਤੇ ਲੱਖ ਲਾਣਤ ਯਾਰ ਉਹ ਫਿਰ ਕੰਮ ਕਾਹਦਾ ਕੀਤਾ ਫਿਰ ਸਾਡੀ ਫਿਰ ਤੇਰੇ ਜੰਮਣ ਤੇ ਦੁਰ ਫਿਟੇ ਮੂੰਹ ਮਿੱਠਿਆ ਨਿਕਲ ਗਿਆ ਮੈਂ ਨਿਕਲ ਗਿਆ ਫਰੀਦ ਬੇਸਬਰੀ ਕਰੋ ਹਮੇਸ਼ਾ ਰਾਤੋ ਰਾਤ ਸਾਜੀ ਅਮੀਰ ਹੋਣ ਦਾ ਸੋਚੋ ਏਦਾਂ ਦੀ ਚੀਜ਼ ਬਣਾਓ ਕਿ ਜਿਹੜੀ ਵਿਕੇ ਵੀ ਅਗਲਿਆਂ ਦੇ ਵੇੜੇ ਵੀ ਗਰਕ ਹੋਣ ਬਿਲਕੁਲ ਅਸੀਂ ਤੇ ਭਾਈ ਇਸ ਹੱਕ ਦੇ ਵਿੱਚ ਆ ਕਿ ਕਿਸੇ ਦਾ ਭਲਾ ਨਾ ਕਰੋ ਯਾਰ ਮਾੜਾ ਬੰਦਾ ਤੁਹਾਡੇ ਕੋਲ ਸ਼ਾਇਦ ਲੈ ਜਾਵੇ ਉਹ ਤੁਹਾਨੂੰ ਆਉਂਦਿਆਂ ਦੁਆਵਾਂ ਦੇਵੇ ਤੁਹਾਡੀ ਕੀ ਜ਼ਿੰਦਗੀ ਲਾਨਤਾ ਸਹੀ ਗੱਲ ਨਾਲੇ ਚੀਜ਼ ਇਹੋ ਜਿਹੀ ਬਣਾਓ
ਤੁਸੀਂ ਵੇਖੋ ਜਦੋਂ ਤੁਸੀਂ ਅਗਲੇ ਦੇ ਗਿਰਬਾਨ ਚ ਝਾਂਕੋਗੇ ਨਾ ਫੇਰ ਹੀ ਤੁਹਾਨੂੰ ਸਮਝ ਆਏਗੀ ਕਿ ਕੀ ਤੁਸੀਂ ਕੀਤਾ। ਨਾਲੇ ਸਿਆਣੇ ਕਹਿੰਦੇ ਜਿੰਨਾ ਹੋ ਸਕਦਾ ਅਗਲੇ ਦਾ ਮਾੜਾ ਕਰੋ ਭਾਈ। ਬਿਲਕੁਲ, ਹਮੇਸ਼ਾ ਆਪਣੇ ਤੋਂ ਉੱਚੇ ਵੱਲ ਵੇਖੋ। ਹਾਂ, ਨਾਲੇ ਕਿਸੇ ਦਾ ਉਸਤਾਦ ਜੀ ਭਲਾ ਨਹੀਂ ਕਰ ਸਕਦੇ, ਉਹਦਾ ਬੁਰਾ ਹੀ ਕਰਦੇ ਉਸਤਾਦ ਜੀ। ਨਾਲੇ ਮੇਰਾ ਅਜ਼ਮ ਹੈ ਕਿ ਸ਼ੈਂਪੂ ਜਿੰਨੇ ਮੂੰਹਾਂ ਚ ਪੈ ਜਾਏਗਾ ਉਨਾ ਹੀ ਸਵਾਦ। ਸਹੀ ਗੱਲ ਹੈ, ਕਿਹੜੀ ਮਜ਼ਾਕ ਸ਼ੈਂਪੂ ਜਿੰਨੇ ਅੱਜ ਕਿਸੇ ਨਾਲ ਬੁਰਾ ਕਰੋਗੇ ਤੇ ਕੱਲ ਉਹ ਤੁਹਾਡਾ ਨਾਲ ਚੰਗਾ ਕਰੇਗਾ ਭਾਈ। ਹਾਂ ਬਿਲਕੁਲ ਉਸਤਾਦ ਜੀ ਬਿਲਕੁਲ, ਨੇ ਕੀ ਕਰ ਮੈਨੂੰ ਲੱਗਦਾ ਚੰਗਾ ਕਰੇਗਾ ਤੇ ਕਰ ਲੈ ਜਾ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਯਾਰ ਹਰ ਬੰਦੇ ਦੇ ਸਿਰ ਤੇ ਪੈਰ ਰੱਖੋ ਯਾਰ, ਤੀਲੀ ਲਾਉਣੀ ਸਿੱਖੋ ਬਸ। ਹਾਂ ਲਓ ਜੀ ਨਾਜ਼ਰੀਨ, ਹੁਣ ਦੋ ਕੰਮ ਹੋਣੇ ਨੇ, ਅਸੀਂ ਇਹ ਵੀਡੀਓ ਡਿਲੀਟ ਨਹੀਂ ਕਰਨੀ, ਹੁਣ ਯਾਂ ਤੇ ਇਹਦੀ ਸੇਲ ਬੰਦ ਹੋ ਜਾਏਗੀ ਤੇ ਖੁਦਾ ਦਾ ਨਾਂ ਜੇ ਅਗਰ ਕਿਸੇ ਨੇ ਅੱਧ ਚੋਂ ਵੀਡੀਓ ਦੇਖਣੀ ਸ਼ੁਰੂ ਕੀਤੀ ਨਾ, ਤੂੰ ਸ਼ੁਰੂ ਤੋਂ ਜ਼ਰੂਰ ਦੇਖ, ਤੇਰੇ ਨਾਮ ਵਾਲਾ ਹਿਸਾਬ ਨਾ ਹੋਵੇ ਕਵੇ ਆ ਕਿਹੜੇ ਵਾਲ ਕੱਟਦੇ ਕਿੱਦਾਂ ਜੀ, ਮੈਂ ਐਂਡ ਤੋਂ ਵੇਖੀ ਸੀ। ਤੇ ਇਹ ਨਾ ਹੋਵੇ ਅਗਰ ਤੁਸੀਂ ਇਹ ਵੀਡੀਓ ਅੱਧ ਚੋਂ ਸ਼ੁਰੂ ਕੀਤੀ ਨਾ ਵੇਖਣੀ ਤੇ ਸ਼ੁਰੂ ਤੋਂ ਲਾਜ਼ਮੀ ਵੇਖਣੀ। ਇੱਕ ਬੰਦਾ ਮੈਨੂੰ ਹੁਣ ਕਹਿੰਦਾ ਨਾ, ਕਹਿੰਦਾ ਜੀ ਕਿ ਅਗਰ ਕੀ ਗਰੰਟੀ ਆ ਕੀ ਹਿਸਾਬ, ਮੈਂ ਕਿਹਾ ਯਾਰ ਮੇਰੀ ਗੱਲ ਸੁਣੋ, ਤੁਸੀਂ ਇੱਕ ਅਚਾਰ ਜਾਂ ਸ਼ਹਿਦ ਜਾਂ ਸ਼ੈਂਪੂ, ਅਚਾਰ ਸ਼ਹਿਦ ਅਚਾਰ ਤਾਂ ਖਤਮ ਹੋ ਗਿਆ ਨਾ, ਸ਼ਹਿਦ ਤੇ ਸ਼ੈਂਪੂ ਤੁਸੀਂ ਬਾਜ਼ਾਰੋਂ ਕਿਤੇ ਆਮ ਦੁਕਾਨ ਤੋਂ ਲੈਂਦੇ ਜੇ, ਸ਼ੈਂਪੂ ਦੀ ਬੋਤਲ ਘਰ ਲੈ ਗਏ, ਖੁੱਲਾ ਸ਼ੈਂਪੂ ਲੈ ਲਿਆ ਜਾਂ ਇਸ ਤਰ੍ਹਾਂ ਲੈ ਲਿਆ, ਘਰ ਜਾ ਕੇ ਬੇੜਾ ਕਰ ਕੀ ਕਰ ਲੋਗੇ, ਘਰ ਜਾ ਕੇ ਉਹਨੇ ਬਰਬਾਦ ਕਰਤਾ ਤੁਹਾਨੂੰ, ਨੁਕਸਾਨ ਕਰਤਾ, ਜਾਂ ਨੁਕਸਾਨ ਨੂੰ ਛੱਡੋ ਉਹਨੇ ਫਾਇਦਾ ਨਹੀਂ ਕੀਤਾ, ਉਹਨੇ ਫਾਇਦਾ ਹੀ ਨਹੀਂ ਕੀਤਾ, ਕੋਈ ਫਾਇਦਾ ਨਹੀਂ ਹੋਇਆ, ਕੀ ਕਰੋਗੇ? ਦੁਕਾਨਦਾਰ ਨੂੰ ਜਾ ਕੇ ਬੋਲ ਲੋਗੇ, ਕਿੰਨਿਆਂ ਕੁ ਨੂੰ ਸੁਣਾ ਲੋਗੇ, ਦੋ ਚਾਰ ਦਸ ਪੰਦਰਾਂ ਵੀਹ ਬੰਦੇ ਨੂੰ ਸੁਣਾ ਲੋਗੇ ਕਿ ਭਾਜੀ ਇਹ ਦੋ ਨੰਬਰ ਚੀਜ਼ਾਂ ਵੇਚਦਾ, ਉਹਨੂੰ ਕੋਈ ਫਰਕ ਨਹੀਂ। ਠੀਕ ਹੈ ਭਾਈ ਨਾ, ਮੇਰਾ ਮੈਨੂੰ ਇੰਨੀ ਹੋਸ਼ ਆ ਕਿ ਮੇਰੀ ਇੱਕ ਵੀਡੀਓ ਬਣਨੀ ਆ ਕਿ ਜੀ ਇਹ ਜਾਨੀ ਸਾਹਿਬ ਦਾ ਸ਼ੈਂਪੂ ਸੀ ਤੇ ਇੱਦਾਂ ਹੋ ਗਿਆ ਤੇ ਇੱਦਾਂ ਹੋ ਗਿਆ ਤੇ ਆ ਜੀ ਤੇ ਠੱਗ ਦੇ, ਤੇ ਇੱਕ ਵੀਡੀਓ ਬਣਨੀ ਤੇ ਮੇਰਾ 25 ਸਾਲ ਦਾ ਕੈਰੀਅਰ, ਮੇਰਾ ਮੈਂ ਕੋਈ ਦਿਮਾਗ ਨਹੀਂ ਮੇਰਾ ਖਰਾਬ ਹੈਗਾ ਕਿ ਮੈਂ ਮਤਲਬ ਕਿ ਸਿਲਸਿਲਾ ਇੱਦਾਂ ਕਰਾਂ, ਨਾ ਆਚਾਰ ਚ ਨਾ ਗੱਲਬਾਤ ਚ ਨਾ ਕਿਸੇ ਚ। ਅੱਛਾ ਇੱਕ ਹੁੰਦਾ ਇਕੱਲਾ ਕਾਰੋਬਾਰ ਸੋਚਣਾ ਕਿ ਯਾਰ ਮੇਰਾ ਬੜਾ ਨਾਂ ਆ ਤੇ ਮੈਂ ਕੋਈ ਪ੍ਰੋਡਕਟ ਵੇਚਦਾ ਤੇ ਮੈਂ ਵੀ ਕਿਸੇ ਕੰਪਨੀ ਨਾਲ ਗੱਲ ਕਰਾਂ ਜੀ, ਮੈਨੂੰ ਤੁਸੀਂ ਆਹ ਚੀਜ਼ ਦਿਓ ਜੀ ਤੁਹਾਡੀ ਮੈਂ ਵੇਚਦਾ ਜੀ, ਤੇ ਫਿਰ ਵੀ ਲੋਕਾਂ ਨੇ ਲੈ ਲੈਣੀ ਕਿ ਚੱਲ ਯਾਰ, ਜਿੱਦਾਂ ਸਾਰੇ ਆਰਟਿਸਟ ਜਿੱਦਾਂ ਆਪ ਮਾਡਲਿੰਗ ਕਰਦੇ ਨੇ ਜੀ ਜੀ, ਮਾਰਕੀਟਿੰਗ ਨਹੀਂ ਕਰਦੇ, ਐਡਵਰਟਾਈਜ਼ਮੈਂਟ। ਹਾਂ ਸ਼ਾਹਦ ਫਰੀਦੀ ਸਾਹਿਬ ਜਿਹੜੇ ਉਹ ਵੀ ਇੱਕ ਸ਼ੈਂਪੂ ਦੀ ਮਸ਼ਹੂਰੀ 'ਚ ਫਲਾਣੇ 'ਚ, ਲੇਕਿਨ ਉਹ ਸ਼ੈਂਪੂ ਇੱਕ ਕੰਪਨੀ ਦਾ ਵਾ। ਹੁਣ ਸ਼ਾਹਦ ਫਰੀਦੀ ਸਾਹਿਬ ਹੋ ਗਏ ਜਾਂ ਕੋਈ ਵੀ ਹੋ ਗਏ ਜਿਹੜੇ ਵੀ ਆਰਟਿਸਟ ਕਰਦੇ ਨੇ, ਉਹਨਾਂ ਨੂੰ ਇਹ ਨਹੀਂ ਗਰਜ਼ ਹੁੰਦੀ ਕਿ ਕੀ ਮਿਆਰ ਆ, ਉਹਨਾਂ ਨੂੰ ਇਹ ਹੁੰਦਾ ਕਿ ਇਹਨਾਂ ਨੇ ਸਾਨੂੰ ਇਹ ਕਿਹਾ ਵਾ, ਇਹਨੇ ਪੈਸੇ ਦੇਣੇ ਆ, ਅਸੀਂ ਕਹਿ ਦੇਣਾ। ਸਹੀ ਗੱਲ ਨਹੀਂ ਪਾਇਣ, ਮੈਂ ਕਹਿੰਦਾ ਵਾਂ ਕਿ ਮੈਂ ਜਿਹੜੀ ਚੀਜ਼ ਵੇਚ ਰਿਹਾ ਨਾ, ਮੈਨੂੰ ਪਤਾ ਹੋਵੇ ਇਹਦੇ ਅੰਦਰ ਕੀ ਹੈ, ਔਰ ਸਭ ਤੋਂ ਪਹਿਲੇ ਮੈਂ ਆਪ ਯੂਜ਼ ਕਰਦਾ ਵਾਂ। ਹੁਣ ਜਿਹੜਾ ਬੰਦਾ ਸ਼ਾਹਰੁਖ ਖਾਨ ਸਾਹਿਬ ਕਮਰਸ਼ੀਅਲ ਦੇ ਰਹੇ ਨੇ ਇੱਕ ਸ਼ੈਂਪੂ ਦੀ, ਆਪ ਸਾਰੀ ਜ਼ਿੰਦਗੀ ਉਹਨਾਂ ਨੇ ਲਾਇਆ, ਆਪ ਦਿਲ ਕਰੇ ਉਹ ਤੋਂ 50 ਗੁਣਾ ਜ਼ਿਆਦਾ ਅੱਛਾ ਲਾਉਂਦਾ ਹੋਵੇ, ਸਮਝ ਆ ਰਹੀ? 5 ਰੁਪਏ ਦਾ ਪੈਕਟ ਆ ਜੀ ਇੱਕ ਫਲਾਣੀ ਕਰੀਮ ਦਾ, ਉਹਦੀ ਮਸ਼ਹੂਰੀ ਦੀਪਿਕਾ ਦੇ ਰਹੀ ਹੈ, ਦੀਪਿਕਾ ਲਾਉਂਦੀ ਹੋਣੀ 5 ਰੁਪਏ ਵਾਲੀ, ਕਦੀ ਵੀ ਨਹੀਂ। ਤੇ ਭਾਈ ਮੈਂ ਪਹਿਲੇ ਆਪ ਯੂਜ਼ ਕੀਤਾ, ਆਪਣੇ ਵਾਲਾਂ ਤੇ ਯੂਜ਼ ਕੀਤਾ, ਆਪਣੇ ਹਲਕਾ ਬਾਪ ਚ ਇਧਰ ਰਿਜ਼ਲਟ ਲਿਆ, ਫਿਰ ਪਾਣਾ ਮੈਂ ਵੇਚਿਆ। ਹੁਣ ਮੈਂ ਵੇਚ ਰਿਹਾ ਨਾ ਤੇ ਮੈਨੂੰ ਪਤਾ ਵਾ ਕਿ ਵੀ ਮੈਂ ਕੋਈ ਪੈਸੇ ਲੈ ਕੇ ਤੇ ਵੀ ਨਾਕਸ ਪ੍ਰੋਡਕਟ ਨਹੀਂ ਅੱਗੇ ਕਰ ਰਿਹਾ। ਮੈਨੂੰ ਬੜੇ ਲੋਕੀ ਕਹਿੰਦੇ ਆ, 3-4 ਦਿਨ ਪਹਿਲੇ ਪਤਾ ਨਹੀਂ ਤੁਹਾਡੇ ਚੋਂ ਸੀ ਕੋਈ, ਕੌਣ ਕਹਿ ਰਿਹਾ ਸੀ ਜੀ ਪਤਾ ਨਹੀਂ ਕਿਹੜੇ ਸ਼ਹਿਰ 'ਚ ਇੱਕ ਬੰਦਾ ਕੀ ਵੇਚਦਾ ਵਾ ਤੂੰ, ਅਤੇ ਉਹਨੇ ਜੀ ਉਹਨੇ ਕਿਹਾ ਜੀ ਮੇਰੇ ਕੋਲ ਪੈਸੇ ਲੈ ਲਓ, ਤੇ ਮੈਂ ਕਿਹਾ ਮੈਨੂੰ ਪਤਾ ਨਹੀਂ ਉਹ ਕਿੱਦਾਂ ਦਾ ਕੀ ਹੈ, ਮੈਂ ਵੀ ਵੇਖਣੀ ਨਹੀਂ, ਕਹਿੰਦਾ ਨਹੀਂ ਉਸ ਬੰਦੇ ਨੇ 25 ਸਾਲ ਮਿਹਨਤ ਕੀਤੀ, 30 ਸਾਲ ਮਿਹਨਤ ਕੀਤੀ ਆਪਣਾ ਨਾਮ ਬਣਾਉਣ ਲਈ, ਇੱਕ ਅੱਧੀ ਵੀਡੀਓ ਤੇ ਕਹਿੰਦੇ ਸਿਸਟਮ ਖਰਾਬ। ਮੈਂ ਕਹਿ ਰਿਹਾ ਕਿ ਨਾਜ਼ਰੀਨ ਮੈਂ ਐਡਾ ਬੇਵਕੂਫ ਨਹੀਂ ਹੈਗਾ ਵੀ 20 ਸਾਲ ਮਿਹਨਤ ਕਰਕੇ ਤੁਹਾਨੂੰ ਐਡੀ ਮੁਸ਼ਕਲ ਨਾਲ। ਇੱਕ ਹੋਰ ਤੈਨੂੰ ਗੱਲ ਦੱਸਣਾ, ਸਾਡੇ ਜਿਹੜੇ ਆ ਨੇ ਨਾ ਆਪਣਾ ਵੀਵਰ ਸਾਡੇ ਨਾਲ ਦੇ ਜਿਹੜੇ ਵੇਖਣ ਵਾਲੇ, ਇਹ ਖੁਦਾ ਦੀ ਕਿਸਮ ਨਾਯਾਬ ਨੇ, ਲੋਕਲ ਚੈਨਲ ਵਾਲੇ ਨਹੀਂ ਗਏ। ਗੌਰ ਕੀਤਾ ਕਦੀ ਤੁਸੀਂ ਉਹਨਾਂ ਦੀ ਗੁਫ਼ਤਗੂ, ਉਹਨਾਂ ਦੇ ਨਾਲ ਅਟੈਚਮੈਂਟ? ਇਹ ਉਹ ਲੋਕ ਨੇ, ਇਹਨਾਂ ਚੋਂ 80% ਉਹ ਲੋਕ ਨੇ ਕਿ ਜਿਹੜੇ ਹੋਰ ਨਹੀਂ ਵੇਖਦੇ ਕਿਸੇ ਨੂੰ, ਜਿਹੜੇ ਸਿਲੈਕਟਿਡ ਲੋਕਾਂ ਨੂੰ ਸਿਰਫ ਵੇਖਦੇ ਨੇ। ਇਹ ਨਹੀਂ ਕਿ 24 ਘੰਟੇ ਮੋਬਾਈਲ ਲੈ ਕੇ ਤੇ ਉਹ ਜਨਾਬ ਵੇਖੀ ਜਾ ਰਹੇ, ਨਹੀਂ ਉਹ ਸਾਨੂੰ ਵੇਖਦੇ ਨੇ, ਸਿਲੈਕਟਿਡ ਲੋਕ ਨੇ। ਭਾਵੇਂ ਕਿਸੇ ਦਾ 1,000,000 ਵੀ ਚੈਨਲ ਹੋ ਗਿਆ ਨਾ, ਜਾਂ ਕਿਸੇ ਦਾ ਸਾਡੇ ਤੋਂ 10 ਗੁਣਾ ਵੀ ਜ਼ਿਆਦਾ, ਇਸ ਤਰ੍ਹਾਂ ਦੀ ਮੈਂ ਦਾਅਵੇ ਨਾਲ ਕਹਿੰਦਾ ਕਿ ਇਸ ਤਰ੍ਹਾਂ ਦੀ ਵੀਵਰਸ਼ਿਪ, ਇਸ ਤਰ੍ਹਾਂ ਦੇ ਕਿਸੇ ਆਰਟਿਸਟ ਦੇ ਨਾਲ ਲੋਕ
ਇਸ ਤਰ੍ਹਾਂ ਦੇ ਘੱਟ ਹੀ ਕਿਤੇ ਮਿਲਣਗੇ। ਬਿਲਕੁਲ ਸ਼ੱਕ ਨਹੀਂ ਉਸਤਾਦ ਜੀ, ਮੰਨਦੇ ਇੰਨੀ ਮੋਹਰ ਇਹਨਾਂ ਨੂੰ ਕੀ ਮੈਂ ਮਤਲਬ 10 15 20 100 200 500 1000 ਲੱਖ 2 ਲੱਖ 5 ਲੱਖ ਮਗਰ ਗਵਾ ਲਾਂਗਾ। ਇਹੀ ਕਰ ਲਾਂਗਾ ਨਾ ਮੈਂ, ਕਿੰਨਾ ਕੁ ਕਮਾ ਲਾਂਗਾ ਸਹੀ, ਤੇ ਇਹਦੇ ਕਰਕੇ ਮੈਂ ਗਵਾ ਲਾਂਗਾ ਨਹੀਂ ਸਰ। ਇੱਕ ਮਿਸਾਲ ਇਹਦੇ ਨਾਲ ਜਿੰਨੇ ਮੈਂ ਇਹਚੋਂ ਪੈਸੇ ਕਮਾ ਰਿਹਾ ਇਹਦੇ ਨਾਲ 50 ਗੁਣਾ ਜ਼ਿਆਦਾ ਮੈਂ ਵੈਸੇ ਕਮਾ ਰਿਹਾ, ਲਾਦਾ ਸ਼ੁਕਰ। ਸਮਝ ਆ ਰਹੀ ਨਾ ਗੱਲ ਦੀ? ਤੇ ਮੈਂ ਕਿਉਂ ਕਰ ਰਿਹਾ ਯਾਰ, ਚੀਜ਼ ਜੈਨੂਇਨ ਜਾਵੇ। ਕੱਲ ਨੂੰ ਕੋਈ ਹਾਲਾਤ ਦਾ ਪਤਾ ਨਹੀਂ ਹੁੰਦਾ, ਕੋਈ ਯੂਟਿਊਬ ਨੂੰ ਮਸਲਾ ਬਣ ਜਾਏ, ਕਿਸੇ ਦਾ ਬਣ ਜਾਏ, ਕੋਈ ਪ੍ਰੋਬਲਮ ਬਣ ਜਾਏ, ਕੋਈ ਉਨੀ ਕੀ ਹੋ ਜਾਏ, ਸਾਡੇ ਕੋਲ ਥੋੜ੍ਹਾ ਜਿਹਾ ਸਪੋਰਟ ਹੋਵੇ ਕਿ ਯਾਰ ਅਸੀਂ ਇੱਕ ਬਿਜ਼ਨਸ ਸਟਾਰਟ ਤੇ ਸ਼ੁਰੂ ਕੀਤਾ, ਐਸ ਤਾਂ ਸਾਨੂੰ ਵਧਾ ਲਾਂਗੇ। ਸਹੀ ਗੱਲ, ਸਹੀ ਗੱਲ ਉਸਤਾਦ ਜੀ। ਉਸਤਾਦ ਜੀ ਨਾਲੇ ਤੁਸੀਂ ਐਡ ਦੀ ਗੱਲ ਕਰਨ ਦੇ ਸੀ, ਪਹਿਲਾਂ ਸੰਸਲਿਕ ਦਾ ਜਦੋਂ ਮੈਂ ਐਡ ਕੀਤਾ ਸੀ ਤੇ ਮੈਨੂੰ ਵੀ ਨਹੀਂ ਸੀ ਪਤਾ ਉਸਤਾਦ ਜੀ, ਤੂੰ ਪਾਥੀਆਂ ਦਾ ਐਡ ਕਰਦਾ ਰਿਹਾ ਏ, ਹੁਣਾਂ ਸੰਸਲਿਕ ਦਾ ਐਡ ਕੀਤਾ ਤੂੰ, ਪਹਿਲਾਂ ਪਾਪੜਾ ਦਾ ਐਡ ਕਰਦਾ ਰਿਹਾ ਤੂੰ, ਲਵਾਂ ਦਾਦਣ ਮਿਰਚਾਂ ਦਾ ਤੂੰ ਐਡ ਕਰਦਾ ਰਿਹਾ। ਹੁਣ ਮੈਂ ਜਦੋਂ ਮਾਡਲਿੰਗ ਕਰਦਾ ਹੁੰਦਾ ਸੀਗਾ, ਹੈ ਆਹੋ ਇਹ ਗੱਲ ਹੈ, ਜਨਾਨਾ ਪੜ ਕੇ ਕੋ ਟੀਵੀ ਨਹੀਂ ਸੀ ਹੁੰਦਾ, ਇਹ ਮਾਡਲਿੰਗ ਕਹਿਣਾ ਖਾਤੇ ਵਾਲੀ ਇਹ ਜਾ ਕੇ ਇਹ ਉਹਨਾਂ ਨੂੰ ਕਹਿੰਦਾ ਸੀ ਕੰਪਨੀ ਨੂੰ ਜੀ ਮੈਂ ਮਾਡਲਿੰਗ ਕਰਨੀ, ਉਹ ਕਹਿੰਦਾ ਸੀ ਉਹ ਨਾ ਪਰੇ ਸਾਈਡ ਤੇ ਅੱਜ ਜਾ ਨਾਲ ਕੰਧ ਆ, ਚੁੱਪ ਕਰਕੇ ਉੱਥੇ ਮਾਡਲਿੰਗ ਕਰਕੇ ਆਜਾ, ਤੇ ਮਾਡਲਿੰਗ ਕਰਕੇ ਕਈ ਵਾਰੀ ਇਹਨੇ ਹੱਥ ਵੀ ਨਹੀਂ ਧੋਤੇ, ਫਿਰ ਉੱਚੀ ਸਾਰੀ ਆਵਾਜ਼ ਵੀ ਦਿੰਦਾ ਬਾਅਦ ਚ, ਅੰਮੀ ਜੀ ਮੇਰੀ ਮਾਡਲਿੰਗ ਧੋ ਦਿਓ, ਕਈ ਤਿੰਨ ਤਿੰਨ ਦਿਨ ਮਾਡਲਿੰਗ ਨੀ ਕਰ ਰਹੀ। ਅੱਛਾ ਉਸਤਾਦ ਜੀ, ਜਿਹੜੇ ਮੁਹੱਬਤ ਕਰਨ ਵਾਲੇ ਲੋਕ ਹੈਗੇ ਨੇ ਸਾਨੂੰ ਕਹਿਣ ਡੇ ਹੈਗੇ ਨੇ ਕਿ ਯਾਰ ਫਲਾਣੀ ਸ਼ਹਿ ਚਾਹੀਦੀ ਹੈ, ਠੀਕ ਹੈ ਨਾ? ਹੁਣ ਮੇਰੇ ਟੀਚਰ ਨੇ ਮੈਨੂੰ ਕਿਹਾ ਯਾਰ ਮੈਨੂੰ ਸ਼ਹਿਦ ਲੈ ਕੇ ਦੇ, ਅਚਾਰ ਦੇ, ਹੁਣ ਮੈਂ ਉਹਨਾਂ ਨੂੰ ਕਹਾਂਗਾ ਮੈਨੂੰ ਪੈਸੇ ਦੇਵੋ। ਹਾਂਜੀ, ਨਹੀਂ ਉਸਤਾਦ ਜੀ ਮੇਰਾ ਨਹੀਂ ਬਣਦਾ, ਤੂੰ ਆਪਣੇ ਕੋਲੋਂ ਦੇ ਦੇਣਾ। ਉਸਤਾਦ ਜੀ ਮੇਰਾ ਨਹੀਂ ਬਣਦਾ, ਤੇ ਤੂੰ ਮੈਨੂੰ ਦੇ ਦੇ ਨਾ, ਤੂੰ ਮੈਨੂੰ ਪੈਸੇ ਦੇ ਕੇ ਆਪਣੇ ਟੀਚਰ ਨੂੰ ਰਾਜ਼ੀ ਕਰ। ਉਹ ਕਹਿ ਰਹੇ ਇਹੋ ਹੀ ਨਹੀਂ ਬਣਦਾ, ਇਹੋ ਨਹੀਂ ਬਣਦਾ ਨਾ ਉਸਤਾਦ ਜੀ, ਹੁਣ ਉਹ ਵੀ ਟੀਚਰ ਨੇ, ਤੁਸੀਂ ਵੀ ਟੀਚਰ ਹੋ, ਯਾਨੀ ਉਹ ਟੀਚਰ ਨੇ ਟੀਚਰ ਨੂੰ ਗਿਫਟ ਦਿੱਤਾ ਤੇ ਤੂੰ ਤੇ ਦੋਨ ਬੁਟੀਕ ਪੈ ਗਈ ਸੱਜਣਾ। ਯਾਰ ਯਾਰ ਜਿੰਨਾ ਤੂੰ ਪੜਿਆ ਉਹਨਾਂ ਕੋ ਪੜਿਆ, ਇੱਕ ਰੁਪਈਏ ਦੀ ਮੈਂ ਉਹਨਾਂ ਨੂੰ ਚੀਜ਼ ਨਹੀਂ ਦੇਣੀ, ਸੋਚੀ ਵੀ ਨਾ ਮੈਂ ਉਹਨਾਂ ਨੂੰ ਇੱਕ ਰੁਪਈਏ ਦੀ ਵੀ ਕੋਈ ਚੀਜ਼ ਦੇਵਾਂਗਾ। ਨਹੀਂ ਉਹਨਾਂ ਦੀ ਪੜ੍ਹਾਈ ਚ ਮੈਨੂੰ ਕੋਈ ਸ਼ੱਕ ਨਹੀਂ, ਤੇਰੇ ਤੇ ਸ਼ੱਕ ਆ। ਮੈਨੂੰ ਕਹਿੰਦੇ 2 ਕਿਲੋ 4 ਲੈ ਕੇ ਫੈਸਲ, 2 ਕਿਲੋ 4 ਇੱਕ ਸ਼ਹਿਦ ਵੀ ਦੇ ਦਿੰਦਾ ਔਰ ਉਹ ਜੋ ਸ਼ੈਂਪੂ ਹੈ ਉਹ ਵੀ। ਮੈਂ ਹੁਣ ਉਹਨਾਂ ਨੂੰ ਕਹਾਂ ਯਾਰ ਪੈਸੇ ਦੇ, ਕਿਸ ਮੂੰਹ ਨਾਲ ਮੈਂ ਕਹਾਂ, ਤੂੰ ਕਿਉਂ ਕਹਿਣਾ ਪੈਸੇ, ਤੂੰ ਮੈਨੂੰ ਪੈਸੇ ਦੇ। ਨਹੀਂ ਉਸਤਾਦ ਜੀ ਉਹ ਟੀਚਰ ਨੇ, ਮੈਂ ਨਹੀਂ ਲੈਣੇ, ਤੂੰ ਮੈਨੂੰ ਪੈਸੇ ਦੇ ਕੇ ਉਹਨਾਂ ਨੂੰ ਫ੍ਰੀ ਦੇ ਦੇ। ਨਹੀਂ ਨਾ ਉਸਤਾਦ ਜੀ, ਹੁਣ ਤੁਸੀਂ ਫ੍ਰੀ ਦੇ ਦੋ, ਫਿਰ ਕੀ ਹੋਏਗਾ? ਨਹੀਂ ਨਾ ਯਾਰ ਫੈਸਲ, ਤੁਸੀਂ ਅੱਗੋਂ ਵੀ ਮਸ਼ਵਰਾ ਦਿਓ ਨਾ ਫੈਸਲ। ਯਾਰ ਮੈਂ ਲਾਹਨਤ ਨਹੀਂ ਦਿੱਤੇ ਭੇਜਦਾ, ਕੈਸੀ ਤੂੰ ਗੱਲ ਕਰ ਰਹੀ ਯਾਰ ਭਰਾ, ਵਾ ਤੂੰ ਆਪਣਾ ਦਿਲੋਂ ਦਿਲੋਂ ਕਹਿ ਰਿਹਾ ਉਸਤਾਦ। ਫੈਸਲ ਤੈਨੂੰ ਮੈਂ ਪੁੱਤਾਂ ਵਾਂਗੂ ਰੱਖਿਆ ਯਾਰ, ਤੂੰ ਸੋਚੀ ਵੀ ਨਾ ਇੱਕ ਰੁਪਈਆ ਤਾਂ ਤੇਰੇ ਤੇ ਮੈਨੂੰ ਯਕੀਨ ਨਹੀਂ ਹੈਗਾ, ਯਕੀਨ ਕਰ। ਤੇਰੇ ਨਾਲੋਂ ਪੈਸਾ ਕਿਤੇ ਚੰਗਾ ਯਾਰ, ਕੀ ਗੱਲ ਕਰਦਾ ਜੀ ਇਹਦੇ ਲਈ ਉਸਤਾਦ ਜੀ, ਇਹਦੇ ਲਈ ਦਰਵਾਜ਼ੇ ਬੰਦ ਨੇ, ਤੇਰੇ ਲਈ ਜਾਣ ਵੀ ਕਿਹੜਾ ਕੰਜਰ ਕਵੇ ਕੇ ਹਾਜ਼ਰ ਹੈ, ਤੂੰ ਟੈਨਸ਼ਨ ਨਾ ਲੈ ਯਾਰ ਫੈਸਲ। ਉਸਤਾਦ ਜੀ ਜਦੋਂ ਮਰਜ਼ੀ ਨਾ ਆਵੇ, ਜਦੋਂ ਮਰਜ਼ੀ ਨਾ, ਜਿੱਥੇ ਤੂੰ ਪੈਰ ਰੱਖਿਆ ਸੀ ਉੱਥੇ ਥੱਲੇ ਕੋਲੇ ਰੱਖ ਦੇ, ਖੁਦਾ ਦੀ ਕਸਮ ਤੂੰ, ਤੈਨੂੰ ਪਤਾ ਹੀ ਨਹੀਂ ਆਪਣੀ ਤੇਰੀ ਵਰਤੇ ਅੱਗੇ ਦੀ ਨਹੀਂ ਹੈਗੀ, ਤੇਰੀ ਆਏ ਤੂੰ ਵੀ ਮਰ ਜਵੇਂ, ਯਕੀਨ ਕਰ ਤੈਨੂੰ ਪਤਾ ਹੀ ਨਹੀਂ, ਤੈਨੂੰ ਆਪਣਾ ਮੁਕਾਮ ਹੀ ਨਹੀਂ ਪਤਾ ਕਿ ਇੱਕ ਟਗੇ ਦਾ ਨਹੀਂ ਹੈਗਾ, ਤੂੰ ਪਾਗਲ ਹੈ ਤੂੰ ਯਾਰ। ਉਹ ਤੇ ਉਸਤਾਦ ਨੇ, ਅਸੀਂ ਵੀ ਸਪੋਰਟ ਨਾ ਕਰੀਏ ਤੁਹਾਡੀ ਉਸਤਾਦ ਜੀ, ਕਿਹੋ ਜੀ ਗੱਲ ਕਰ ਤੇਰੇ ਕੰਡ ਪਿੱਛੇ ਕਿੰਨੀਆਂ ਗੱਲਾਂ ਗਾਲ ਕਰ, ਅੱਧੀ ਜ਼ਬਾਨ ਨਾਲ ਤੂੰ ਗੱਲ ਕਵੇਂ ਤੇ ਤੇਰਾ ਅੱਧੀ ਜ਼ਬਾਨ ਨਾਲ ਤੂੰ ਗੱਲ ਕਰ। ਸ਼ੁਭ ਕਾਮਨਾਵਾਂ, ਆਯੁਰਵੈਦਿਕ ਨਵਰਤ ਆਇਲ, ਅਸੀਂ ਵੀ ਤੇ ਦਿਲੋਂ ਨਹੀਂ ਕਰਦੇ। ਬੰਦਾ ਦੋ ਟਗੇ ਦਾ ਨੀ ਗਾ ਯਾਰ, ਸਦਾਦਾ ਤੇ ਦੂਰ ਦੂਰ ਤੱਕ ਨੀ। ਉਸਤਾਦ ਜੀ ਵੇਖ ਲੋ, ਨਾਲੇ ਮੁਹੱਬਤ ਹੀ ਐਸਾ ਆਲਮ ਆ ਕਿ ਉਸਤਾਦ ਜੀ ਜਦੋਂ ਆਇਆ ਦਿਲੋਂ ਲੱਥੇ ਆ ਤੁਹਾਡਾ। ਸਹੀ ਗੱਲ, ਤੇ ਹੁਣ ਅਸੀਂ ਬਾਹਰ ਮਿੱਠੇ ਦਾ ਸਿਰ ਧੋਣ ਲੱਗੇ ਆ, ਠੀਕ ਹੈ ਜੀ? ਤੇ ਜਿਹੜਾ ਮੈਂ ਹੁਣ ਕੰਡੀਸ਼ਨਰ ਕਰਕੇ ਆਇਆ ਤੇ ਉਹ ਤੂੰ ਮੇਰਾ ਧੋਣਾ ਮੇਰਾ ਸਿਰ, ਓਏ ਤੂੰ ਜਿਹੜਾ ਜਿਹੜਾ ਕੰਡੀਸ਼ਨਰ ਤੂੰ ਕਰ ਰਿਹਾ ਨਾ ਇਹਨੂੰ ਫੌਰਨ ਛੱਡ ਦੇ, ਤੇਰੀ ਕੰਡੀਸ਼ਨਰ ਮੈਂ ਦੇਖ ਰਿਹਾ ਕੀ ਹੋ ਗਈ ਸਿਰ ਦੀ। ਲਓ ਜੀ ਫੈਸਲ ਦੇ ਇਹ ਵਾਲ, ਇਹ ਐਡਿਡ ਵਾਲ, ਯਕੀਨ ਕਰੋ ਐਡਿਡ, ਇਹ ਇੱਥੋਂ ਤੱਕ ਐਡਿਡ, ਨਹੀਂ ਇੰਜ ਕਰਕੇ ਨਾ ਇੱਧਰ ਆ ਕੇ ਫੈਸਲ ਦੇ ਭਾਜੀ ਐਡਿਡ ਵਾਲ, ਯਕੀਨ ਕਰ। ਲੋ ਜੀ ਨਾਜ਼ਰੀਨ, ਆਓ ਜਰਾ ਮਿੱਠਾ ਸਾਹਿਬ ਤੁਸੀਂ ਏਦਾਂ ਕਰੋ, ਇਹ ਉੱਪਰਲਾ ਬਟਨ ਖੋਲ ਲਓ,
ठीक है जी, यह मैनू फड़ा दौ तो बहर आ जाओ तो मैं सिर फैसल धोंदा तेरा सिर क्यों फैसल धोएगा ना मैं नाल कमेंट्री करा अच्छा चलो जी उठो जी उठो टिमकड़े पाऊंगा मुंह ते आ जाओ बंद कर यार बंद कर बंद कर मोटर फैसल बस कर फैसल मैं ना तेरे उस्ताद जी किसने कहा मिठला सिर लेके आओ चल तो बस साफ करके वाला वाल बस तू तो परे हो खुशबू तो बड़ी प्यारी उस्ताद जी कपड़े तू पर खलो उ धुप्पे ताजी भाई फैसल चला गया नहीं नहीं इतना ਇਹਨੂੰ ਪੁਰ ਕਰਾਓ ਪਰੇ ਉਸਤਾਦ ਜੀ ਬਦਲਾ ਲੈਣ ਡਿਆ ਮੇਰੇ ਕੋਲ ਲਾਇਆ ਮੈਂ ਉਸਤਾਦ ਜੀ ਬੜਾ ਮਜ਼ਾ ਆਉਣ ਡਿਆ ਯਕੀਨ ਮੰਨੋ ਤੈਨੂੰ ਸ਼ੈਂਪੂ ਤਾਂ ਨਹੀਂ ਆਉਂਦੇ ਆ ਤੈਨੂੰ ਮਸਾਜ ਦਾ ਆਉਂਦੇ ਆ ਤੁਸੀਂ ਨਹੀਂ ਕਰਵਾਉਂਦੇ ਮਸਾਜ ਜੇ ਕਰ ਲਿਆ ਤਾਂ ਫਿਰ ਕੀ ਫਰਕ ਪੈਂਦਾ ਯਾਰ ਵੇਖੀ ਕੀ ਏਦਾਂ ਹੀ ਜ਼ਾਲਮ ਮਸਾਜ ਇਹ ਜ਼ਾਲਮ ਮਸਾਜ ਆ ਸਾਰਾ ਇਹਨੂੰ ਇੱਕ ਮਿੰਟ ਪੂਰਾ ਲੱਗਾ ਰਹਿਣ ਦੇਣਾ ਇੱਕ ਮਿੰਟ ਭਾਜੀ ਇੱਕ ਮਿੰਟ ਪੂਰਾ ਇੱਕ ਮਿੰਟ नहीं फरीद दे नहीं सही है फरीद दे पहले ही खराब फरीद दे पहले ही खराब है रहन दे ताजी मैं उठा अच्छा कई लोग ना शैंपू इस किस्म का करते हाथ इदा मार दे वाल तोड़ लेंगे शैंपू करन दा भी एक तरीका होंदा वा हाँ हाथ जेड़े ना वालां नू मतलब के ना शैंपू करना कई एडे बुरे तरीके ना शैंपू करते हैं ਮੇਰੇ ਸਾਰੇ ਵਾਲ ਜਿਹੜੇ ਹੁੰਦੇ ਸਿਲਕੀ ਹੁੰਦੇ ਸੀਗੇ ਹੈ ਸਿਲਕੀ ਵਾਲ ਸੀ ਮੇਰੇ ਵਾਲਾਂ 'ਚ ਕੰਘਾਂ ਨਹੀਂ ਸੀ ਫਸਦਾ ਹੁੰਦਾ ਇੱਕ ਕਿੰਨੇ ਰੇਟ ਨਾਲ ਵਾਹ ਵਾ ਕੇ ਇਦਾਂ ਦੇ ਅੱਛਾ ਉਸਤਾਦ ਜੀ ਮੇਰੇ ਬਣ ਗਈ ਦੀ ਵੀ ਇੱਕ ਮਿੰਟ ਹੋ ਗਿਆ ਉਸਤਾਦ ਜੀ ਓਏ ਐਵੇਂ ਹੋ ਗਿਆ ਚਲ ਚਲਾ ਮੋਟਰ ਚਲਾ ਮੋੜ ਕੇ ਆਉਣਾ ਤੂੰ ਸਾਜੀ ਫਸੇ ਖੁਸ਼ਬੂ ਇਸ ਤਰ੍ਹਾਂ ਲੱਗਣ ਡਿਆ ਵਾ ਜਿਵੇਂ ਮੈਂ ਇਹਨੂੰ ਸ਼ੈਂਪੂ ਲਾਇਆ ਵਾ ਪਰੇ ਜਾ ਪਰੇ ਜਾ ਪਰੇ ਹੋ ਜਾ ਤੁਸੀਂ ਸਾਰੇ ਪਰੇ ਹੋ ਜਾ पानी ठंडा ठंडा पानी पानी ठंडा ठंडा आ गई मेरी अखा नहीं खुले चल बंद कर एक मिनट इतने बंद कर अंदरों टावर फड़ के लिया जी पानी हो नहीं नहीं निकल गया सारा किधर की निकल गया है शैम्पू निकल गया सारा पीछा करो गया किधर है आया नू गया एक मिनट है उस्ताद देख लो ओदा ही झग सारी चिट्टी है मेरे सिर च मैल नहीं सी है गया फ्री तो मैल बहुत है दिल च भी तो सिर च भी शैम्पू ले आओ फड़ लिया तौलिया ओ खड़े देखण रहे वॉशरूम चो उस्ताद जी कंध ना रगड़ दियो माड़ा इना की ओ ले पेशाब नहीं कीता उन्ने चलो उठ पे उठ पे उठ पे उठ पे मेरा पुत्र अच्छा, उठ पे की टावल नहीं
ਨਹੀਂ ਯਾਰ ਵਰਦੀ ਦਾ ਕਿਸੇ ਦਾ ਕਿਤੇ ਉੱਠ ਪਏ ਉੱਠ ਪਏ ਸ਼ਰਟ ਬਾਹਰ ਕੱਢ ਲਓ ਜੀ ਜ਼ਰਾ ਕਲੀਅਰ ਇਹਦੇ ਨਾਲ ਵਾਲ ਦਿਖਾਓ ਇੱਕ ਮਿੰਟ ਠਹਿਰ ਜਾ ਇਹਦੇ ਵਾਲ ਦਿਖਾਓ ਜ਼ਰਾ ਮਿੱਠੇ ਦੇ ਮਿੱਠੇ ਹੱਥ ਫੇਰ ਕੇ ਬਈ ਵਾਲਾਂ 'ਚ ਉਹੀ ਸ਼ਾਈਨ ਉਹੀ ਗਲੋ ਇਹਦੇ ਛੱਡ ਛੱਡ ਇੱਕ ਮਿੰਟ ਨਹੀਂ ਮੈਂ ਤੈਨੂੰ ਦੱਸਦਾ ਇੱਦਾਂ ਕਰ ਮੈਨੂੰ ਇੱਦਾਂ ਲੱਗਣ ਡਿਆ ਮੈਂ ਰਿਸ਼ੀ ਕਪੂਰ ਹਾਂ ਇਹਦਾ ਪਤਾ ਕੀ ਇਹਨੂੰ ਖੁਸ਼ਕ ਕਰੋ ਗਿੱਲੇ ਗਿੱਲੇ ਤੇ ਕਿਉਂਕਿ ਖੁਸ਼ਕ ਕਰੋ ਜਾਂ ਬਾਹਰ ਕਰੋ ਕਰਨ ਲਓ ਜੀ ਇਹਦਾ ਕਲੋਜ਼ ਕਰਕੇ ਦਿਖਾਓ ਨਾ ਜਿਹੜੀ ਸ਼ਾਇਨ ਅੱਛਾ ਹੁਣ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਇਹਦਾ ਕੀ ਰੌਲਾ ਹੁੰਦਾ ਮੇਰੇ ਹਿਸਾਬ ਨਾਲ ਇਹ ਸ਼ਾਇਨ ਹਰ ਸ਼ੈਂਪੂ ਇੰਨੀ ਕੁ ਕਿੱਦਾਂ ਕਰ ਦਿੰਦਾ ਪਤਾ ਤਾਂ ਲੱਗਣਾ ਜਦੋਂ ਤੁਸੀਂ ਮਹੀਨਾ ਯੂਜ਼ ਕਰਨਾ ਇਹਨੂੰ ਤੇਰੇ ਵਾਲ ਝੜਦੇ ਤਾਂ ਨਹੀਂ ਨਹੀਂ ਉਸਤਾਦ ਜੀ ਤੇ ਫਿਰ ਐਵੇਂ ਪੌਣਾ ਘੰਟਾ ਲਵਾਇਆ ਜੀ ਜੇ ਤਾਂ ਝੜਦੇ ਤੁਸੀਂ ਕਿਹਾ ਸੀ ਬਾਅਦ 'ਚ ਇੱਦਾਂ ਕਹੀਂ ਅੱਛਾ ਬਰ ਲੈ ਓਕੇ ਆ ਨਿਜ਼ਾਮ ਮੈਂ ਜ਼ਰਾ ਟੁਰ ਕੇ ਆ ਕੇ ਦਿਖਾਉਂਦਾ ਇਹਨੂੰ ਸ਼ੈਂਪੂ ਲਓ ਜੀ ਚੱਲ 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 ਬਸ ਕਰ ਬਸ ਕਰ ਚੱਲ ਕੀ ਹੋਇਆ ਲੋ ਜੀ ਭਾਜੀ ਓਕੇ ਅਸੀਂ ਹੁਣ ਚੱਲੇ ਆ ਇੱਕ ਕੰਮ